ਅਮਤਾਵ ਯੂ ਆਰ ਕਮਿੰਗ ਇਮੀਡੀਏਟਲੀ ਯਾ ਕੋਈ ਮੇਰੀ ਮਜਬੂਰੀ ਸਾਨੂੰ ਛੇਤੀ ਵੇ ਆਸਟ੍ਰੇਲੀਆ ਲੈ ਜਾ ਨਹੀਂ ਮੰਮਾ ਯਾਰ ਪਲੀਜ਼ ਨਹੀਂ ਨਹੀਂ ਖੁਸ਼ੀ 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 ਜ਼ਮਾਨ ਲੱਗ ਗਿਆ ਬਾਹਰ ਜਾ ਕੇ मम्मी ये आप क्या कर रहे हो मैं क्या साजी को रुकोगे तुम हो जल्दी जल्दी थोड़े को तो रुके सी हूं बस ये बस तू मेनू स्ट्रांग कर दी कर दी आप ते तू सी हट नहीं रहे मैं तो हट नहीं हूं मैं तो कह रही हूं मेरे अंदर होनी कोई अखा तो कुछ हो गया अंदरों नहीं फोन करा करा गे रल के दिखाया असि इंजॉय कर रहे ठीक है बस मोटू रोल बस आऊंगा मैं तेरे नाले जिद्दन घर पै गया तेन आस्ट्रेलिया लेके आना रीवन दा टिकट आना प्यार कर ला देखो प्यार करते मैं जानी फटाफट ब्लू कलर दी फोटो ला दो नाजू आ जा मैं रखा गोदी च आया मैं चक लू गोदी तेन दोपहरे दोपहरे ਵੱਡਾ ਤਾਂ ਨਹੀਂ ਹੋਏਗਾ ਘੱਟ ਗਿਆ 10 ਕਿਲੋ ਵਜਨ ਘੱਟ ਗਿਆ ਜੀ
ਨਾਜੂ ਦਾ ਅੰਦਰ ਹੈ ਚੰਗਾ ਮੰਮੀ ਧਿਆਨ ਰੱਖੀ ਕੋਈ ਨਾ ਆ ਜਾਓਗੇ ਆਸਟ੍ਰੇਲੀਆ ਚੱਲੀਏ ਨਾਚ ਤਾਂ ਸਹਿਜ ਗਈ ਹੈ ਨਾ ਆਸਟ੍ਰੇਲੀਆ ਚੱਲੀਏ ਨਾਚ ਇਹਨਾਂ ਨੂੰ ਪਤਾ ਨੀ ਹੁੰਦਾ ਚਲੋ ਚਲੋ ਚਲ ਗਈ ਨੂੰ ਬੈਠ ਗੱਡੀ ਚ ਬੈਠ ਬੈਠ ਸਾਰਿਆਂ ਨੂੰ ਮਿਲ ਲਈ ਹਾਂ ਹਾਂ ਸਾਰਿਆਂ ਨੂੰ ਮਿਲ ਲਈ ਚੰਗਾ ਬਾਏ 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 ਪਿੱਛੇ ਰੱਖ ਦੇ ਬੋਝਾ ਚੱਕੀ ਖੜਾ ਲਿਆ ਮੈਂ ਤਾਂ ਜਾਗਦੀ ਹਾਂ ਡਰਾਈਵਰ ਦਾ ਤਾਂ ਨਿੰਦਾ ਵੀ ਥੋੜਾ ਜਿਹਾ ਚਾਹ ਪੀ ਲਈ ਪਾਣੀ ਚਾਹ ਚਾਹ ਤਾਂ ਚਲ ਫੜ ਠੀਕ ਹੈ ਬਾਜਾ ਮਿਸਟਰ ਕ੍ਰਿਸ਼ ਹਾਏ ਬਾਏ ਫੈਮਿਲੀ ਚਾਚੀ ਹੁਣ ਇਹਦਾ ਬੈਡ ਵੀ ਬਣ ਗਈ ਆ ਦੇਖੋ ਹਾਂ ਉਰੇ ਇੰਨਾ ਪੜਾਕੂ ਜਵਾਕ ਨੀ ਮੈਂ ਦੇਖਿਆ ਕਦੇ ਜਿਹੜਾ ਗੱਡੀ ਚ ਵੜ ਰਿਹਾ ਹੈ ਘਰੇ ਤਾਂ ਡੱਕਾ ਨੀ ਤੋੜਦੇ ਤੁਸੀਂ ਕੰਮ ਦਾ ਪਾਸਪੋਰਟ ਤੂੰ ਦੱਸੀ ਨੀ ਪਾਸਪੋਰਟ ਚੱਕਣੇ ਆ ਸੱਚੀ ਮੁੜਨਾ ਮਜ਼ਾਕ ਨੀ ਜੇ ਕਿਤੇ ਭੁੱਲੇ ਹੁੰਦੇ ਕੈਮਰਾ ਨੀ ਸੀ ਕੱਢਦੇ ਇਹ ਵੀ ਮੈਨੂੰ ਪਤਾ ਪਿੰਡਾਂ ਵਿੱਚ ਜੀ ਆ ਕੇ ਆਉਰੋ ਚੜ ਰਿਹਾ ਹੁਣ ਨਾਲਵਾੜੀ ਰੋਡ ਬਸ ਹੁਣ ਇਹ ਤਾਂ ਖੁੱਲੀ ਰੋਡ ਆ ਪੂਰੀ ਮੈਂ ਕਹਿੰਦਾ ਤੁਸੀਂ ਦੇਖੀ ਜਾ ਇਹ ਤਾਂ ਆਸਟ੍ਰੇਲੀਆ ਮਾਫ ਕਰਦੀ ਆ ਇੱਥੇ ਨਾ ਇੱਥੇ ਫੋਨ ਲੱਗੇ ਹੋਏ ਨੇ ਜੇ ਕੋਈ ਫੋਨ ਕੋਈ ਦਿੱਕਤ ਆ ਜਾਂਦੀ ਹੈ 2-2 ਕਿਲੋਮੀਟਰ ਦੇ ਇਹ ਤੁਸੀਂ ਫੋਨ ਕਰ ਸਕਦੇ ਉਹਦੇ ਰੈਸਟ ਏਰੀਆ ਵੀ ਬਣੇ ਹੋਏ ਨੇ ਉਰੇ ਆਮ ਢਾਬੇ ਢੁੱਬੇ ਨਹੀਂ ਹੈਗੇ ਅਤੇ 100 ਕਿਲੋਮੀਟਰ ਬਾਅਦ ਰੈਸਟ ਏਰੀਆ ਆਉਂਦਾ ਮਤਲਬ ਹਾਈਵੇ ਦੇ ਹੀ ਇੱਥੇ ਬੰਦਾ ਆਰਾਮ ਨਾਲ ਆਪਦੇ ਰੈਸਟ ਕਰ ਸਕਦਾ ਥੋੜ੍ਹਾ ਬਹੁਤਾ ਸੌਂ ਵੀ ਸਕਦਾ ਬਾਕੀ ਵਾਸ਼ਰੂਮ ਵਗੈਰਾ ਸਾਰਾ ਹੈ ਨਾ ਅਤੇ ਖਾਣੇ ਦੀ ਸੁਵਿਧਾ ਵੀ ਹੈਗੀ ਹੈ ਫਾਈਨਲੀ ਪਹੁੰਚ ਗਏ ਦਿੱਲੀ ਡਿੱਗਦੇ ਟੈਂਦੇ ਪਰ ਅਸੀਂ ਪਹੁੰਚ ਅਸੀਂ 4.5 ਘੰਟਿਆਂ 'ਚ ਗਏ ਆ
ਤੇ ਹੁਣ ਅਸੀਂ ਥੋੜੀ ਇੱਥੇ ਰਿਲੈਕਸ ਕਰਾਂਗੇ ਤੇ ਸਵੇਰੇ ਨਿਕਲਦੇ ਆ 에어ਪੋਰਟ ਵੱਲ ਨੂੰ। ਕਿਵੇਂ ਕ੍ਰਿਸ਼, ਕਹਿੰਦਾ ਸੀ ਆਉਣਾ ਦਿੱਲੀ ਹੋ ਗਈ ਬਸ? ਬਸ ਹੋ ਗਈ ਨਾ, ਆਈ ਕੋ ਜਾ ਬਸ ਸਵੇਰੇ ਅਸੀਂ ਮੁੜ ਜਾਵਾਂਗੇ। ਦੇਖੀ ਗਿੱਤ ਨਹੀਂ ਕਹਿੰਦਾ ਵੀ ਦਿੱਲੀ ਜਾਣਾ, ਕਹਿੰਦਾ ਨਾ ਅੱਗ ਨਹੀਂ ਕਹਿੰਦਾ। ਹੁਣ ਕਰਦੇ ਆ ਥੋੜਾ ਰਿਲੈਕਸ ਮੈਡਮ, ਫਿਰ ਆਪਾਂ ਚੱਲਦੇ ਆ 에어ਪੋਰਟ ਨੂੰ। ਤੇ ਬਈ ਭਾਈ ਨੇ ਸੁੱਤੇ ਤੇ ਅਸੀਂ ਲੈਣ ਆਏ ਚਾਹ। ਇੱਥੇ ਖਾਣਾ ਖੁਣਾ ਮਿਲ ਜਾਂਦਾ ਸਾਰਾ, ਠੰਡੀ ਮਲਾਈ ਲੱਸੀ ਮਸਾਲਾ ਚਾਹ ਵਗੈਰਾ ਮਿਲ ਜਾਂਦੀ ਹੈ ਇੱਥੇ ਮਾਰਕੀਟ 'ਚੋਂ। ਕਈ ਵਾਰ ਹੋਟਲਾਂ ਵਗੈਰਾ ਵਾਲੀ ਵਧੀਆ ਨਹੀਂ ਲੱਗਦੀ ਆਪਾਂ ਨੂੰ, ਤਾਂ ਰੇਹੜੀਆਂ ਵਾਲੀ ਚਾਹ 'ਚੋਂ ਬੜੀ ਘੈਂਟ ਹੁੰਦੀ ਹੈ। ਚੀ ਵੀ ਲੈ ਲਿਆ ਬਈ, ਚਾਹ ਵੀ ਲੈ ਲਈ, ਨਾਲ ਲੈ ਲਏ ਬਿਸਕੁਟ। ਹੋਟਲ ਵਾਲੇ ਹੀ ਬੋਤਲ 50 ਦੀ ਲਾਉਂਦੇ ਤੇ ਆਪਾਂ ਨੇ ਫਿਰ ਪੰਜਾਬੀ ਜਗਾੜ ਲਾ ਲਿਆ, ਬਾਹਰੋਂ ਲੈ ਲਈ, ਨਾਲੇ ਪੈਸੇ ਬਚਾ ਲਏ, ਨਾਲੇ ਸਵੇਰ ਦੀ ਸੈਰ ਹੋ ਗਈ ਥੋੜ੍ਹੀ ਜਿਹੀ। ਕੁਲਵਿੰਦਰ ਨੇ ਖੁੱਲੜ ਨਾਲੇ ਚੱਕ ਲਏ, ਕਹਿੰਦੇ ਖੁੱਲੜ 'ਚ ਪਾ ਕੇ ਪੀਵਾਂਗੇ ਚਾਹ, ਹੈ ਨਾ। ਨਾਜੂ ਮੈਡਮ ਉੱਠ ਗਈ, ਗੁੱਡ ਮੋਰਨਿੰਗ। ਗੁੱਡ ਮੋਰਨਿੰਗ ਮੈਮ, ਉੱਠ ਗਏ ਤੁਸੀਂ? ਹੁਣ ਤੇਰੇ ਲਈ ਇੱਕ ਸਰਪ੍ਰਾਈਜ਼ ਹੈ। ਨਹੀਂ ਡੰਗਰ ਆਈਪੈਡ ਤੇ ਨਹੀਂ ਕਰੂਗੀ ਤੇਰੀ, ਤੈਨੂੰ ਆਸਟ੍ਰੇਲੀਆ ਲੈ ਕੇ ਚੱਲੇ ਪਾਗਲ। ਨਾਲ ਜਾ ਰਹੀ ਹੈ, ਤੈਨੂੰ ਦੱਸਿਆ ਨਹੀਂ ਸੀ, ਤੈਨੂੰ ਦੱਸਿਆ ਨਹੀਂ ਸੀ? ਬਾਏ ਨਾਜੂ, ਨਾਲ ਜਾਉਂਗੇ? ਤੇਲ ਬਹੁਤ ਚੰਪੀ ਕਰਦੀ ਹੈ, ਤੇਲ ਨਾਲ ਭਰੀ ਰੱਖਦੀ ਹੈ ਉਹਦਾ ਸਿਰ ਪੂਰਾ, ਅੱਧਾ ਕਿ ਇਹਦੀ ਮੰਮੀ ਲਾ ਲੈਂਦੀ, ਅੱਧਾ ਕਿ ਆਪ ਲਾ ਲੈਂਦੀ ਹੈ। ਤੇਲ ਉਹ ਵੀ ਕਹਿੰਦੀ ਹੈ ਵੀ ਮੇਰੇ ਤੇਲ ਹੋਣਾ ਚਾਹੀਦਾ ਮੰਮਾ, ਨਾਲ ਚੱਕੋ। ਇਹਦੇ ਵਾਲ ਹੋਣੇ ਨਾ ਖਿੰਡ ਜਾਂਦੇ ਨੇ। ਸਮਾਨ ਕਰ ਲਿਆ ਆਪਣੇ ਲੋਡ, ਟਾਈਮ ਟੂ ਗੋ। ਬੋਲੋ ਕੀ ਨੇ? ਹਾਂ ਬੋਲੋ। ਕਿਉਂਕਿ ਉਫੜੀ ਨੇ ਕਿਹਾ ਸੀ ਉਫੜੀ ਦੀਆਂ ਬੰਨੀ ਹੋਈ ਰੱਸੀਆਂ ਹਿੱਲੀਆਂ ਤਾਂ ਹੈ ਨਹੀਂ ਬਿਲਕੁਲ ਵੀ। ਕਹਿੰਦੀ ਜੇ ਤੁਹਾਡਾ ਕੋਈ ਬੈਗ ਖਾਲੀ ਆ ਤਾਂ ਉਹ ਚ ਪਾ ਲਓ ਮੈਨੂੰ, ਤੁਸੀਂ ਲੈ ਕੇ ਜਾਣਾ ਨਹੀਂ ਮੇਰਾ ਪੁੱਤ ਜਾ। ਨਹੀਂ ਮਾਇਆ ਸਿੱਧੀ ਮੇਰਾ ਪੁੱਤ ਜਾ। ਕ੍ਰਿਸ਼ਾਈ ਇੱਧਰ ਜਾ। ਗੱਠਾ ਕਾਫੀ ਨੇ ਤਾਂ ਹੀ ਸਾਰੇ ਰਸਤੇ ਹਿੱਲਿਆ ਵੀ ਨਹੀਂ ਇਹ, ਹੈ ਨਾ? ਪਤਾ ਇੰਨੀ ਉਹ ਛੜਕ ਤੋਂ ਆਏ ਆ। ਹਾਂ ਹਾਂ, ਕਿੰਨੀ ਹਿੱਲ ਰਹੀ ਸੀ ਗੱਡੀ, ਫੇਰ ਵੀ ਐਨ ਸਹੀ ਰਿਹਾ। ਲਾ ਲਓ ਲਾ ਲਓ ਲਾ ਲਓ, ਟੈਚੀਆਂ ਲਾ ਲਓ ਪਰਦੇਸੀਓ। ਖੋਲ ਕੇ ਦਿਖਾਵਾਂ? ਸਾਰੀਆਂ ਚੀਜ਼ਾਂ ਫੜਾ ਦੋ ਬਈ, ਲੈ ਕੇ ਜਾਣੀ ਫੜਾ ਦੇ ਨਾਜੂ ਸਾਰੀਆਂ। ਮੈਂ ਕਿਹਾ ਲੈ ਵੀ ਚੀਜ਼ਾਂ ਫੜਾ ਦੇ ਸਾਰੀਆਂ। ਮੈਂ ਨਾ ਆਪਣੀ ਕੀ ਕਰਦੀ ਸੀ ਅੱਗੇ ਨਾ 에어ਪੋਰਟ ਤੱਕ ਹੀ ਖਾਂਦੀ ਸੀ, ਬਟ ਮੈਂ ਸੋਚਿਆ ਆਸਟ੍ਰੇਲੀਆ 'ਚ ਨਹੀਂ ਐਂਟਰ ਹੁੰਦੇ ਮਤਲਬ ਫਲਾਈਟ 'ਚ ਬਹਿ ਕੇ ਤਾਂ ਖਾ ਹੀ ਸਕਦੇ ਨਾ, ਤਾਂ ਫਿਰ ਹੁਣ ਲੈ ਕੇ ਸਾਰੇ ਇੱਕ ਤਾਂ ਦੇ ਦੇ ਪੈਟਸ। ਅੱਛਾ ਚੱਲਤੇ ਹੈ, ਦੁਆਓ ਮੇ ਯਾਦ ਰੱਖਣਾ। ਹੱਸਦੇ ਹੱਸਦੇ ਜਾਓ ਤੇ ਹੱਸਦੇ ਹੱਸਦੇ ਆਇਓ। ਨਾਜੂ ਇਹ ਲਿਫਟ ਆ ਬਾਏ। ਅਗਲੇ ਜਿਹੜੇ ਵਗ ਜਾਓ, ਕਹਿ ਨਾ ਚਿਕ ਚਿਕ ਕਰਾ ਦਿਓ। ਰੋਣਾ ਨੀ
लो जी गाइस साडी एंट्री हो गई सी बाहरों लाइन बहुत लंबी है गिनू हाँ एयर इंडिया की अब दोनों साइड लग रखी है दोनों साइड ही बहुत लंबी लंबी लाइन है इन्ना बिजी मैं पहली बार देखा तो ना इस टाइम च लो जी गाइस साडा फूड आ गया मैंने खाना सी मैकडोनल्ड जांदी बार तक क्योंकि उत्थे पनीर मिलदा नहीं उत्थे वेजिटेरियन मिलदा नहीं हैगा हुण असीं लई आने दो कुल्फियां इन्हां कोल सारे फ्लेवर हैगे सीगे पहुंच गए गेट नंबर 9 ते जिथों की अपनी जानी फ्लाइट सीधा मेलबोर्न नूं मेरे वीरो ओह कड़ी आ चुकी है इस तक किसी नूं नहीं इंतजार सी मेलबर्न वाला तिलसमी गेट खुल चुका है ਇਹਦੇ ਅੰਦਰ ਵੜ ਕੇ ਆਪਾਂ ਸਿੱਧਾ ਜਾਵਾਂਗੇ ਮੈਲਬਨ ਹਾਂ ਕਿਉਂਕਿ ਆਪਾਂ ਮੂਰੀ ਬੈਠ ਗਏ ਸੀ ਨਾ ਅਨਸਰ ਆਪਾਂ ਵੇਟ ਪੂਰਾ ਪੂਰਾ ਲੈ ਕੇ ਆਇਆ ਜਿੱਥੇ ਵੇਟ ਚੈੱਕ ਕਰਨ ਵਾਲੇ ਹੈ ਨਹੀਂ ਸੀ ਜਿੱਦਣ ਵੱਧ ਲੈ ਆਈ ਨਾ ਉਦਣ ਪੱਕੇ ਖੜੇ ਹੁੰਦੇ ਪਤਾ ਕੀ ਕਰਨ ਲੱਗੇ ਹੁਣ ਏਅਰ ਇੰਡੀਆ ਵਾਲੇ ਜੇ ਤੁਸੀਂ ਉੱਥੇ ਆ ਕੇ ਲੈਂਦੇ ਹੋ ਚੈੱਕ ਇਨ ਕਰਾਉਣ ਵੇਲੇ ਫਿਰ ਤਾਂ ਉਹ ਫ੍ਰੀ 'ਚ ਦੇ ਦਿੰਦੇ ਆ ਵਿੰਡੋ ਸੀਟ ਨਹੀਂ ਉਹ ਭੇਟ ਲੈਂਦੇ ਆ ਫਿਰ ਜਦੋਂ ਉੱਥੇ ਚੈੱਕ ਇਨ ਕਰਾਉਣ ਲੱਗਦੇ ਉਦੋਂ ਤੱਕ ਅਵੇਲੇਬਲ ਨਹੀਂ ਸਾਰੀਆਂ ਬੁੱਕ ਹੁੰਦੀਆਂ ਸੋ ਅੱਜ ਇਸ ਵਾਰੀ ਪਹਿਲੀ ਵਿੰਡੋ ਸੀਟ ਬੁੱਕ ਕਰਾਤੀ ਸੀ ਔਨਲਾਈਨ ਪੇਮੈਂਟ ਕਰਕੇ सारे बाजार गेट दे रहे जहाज टेक ऑफ भी नहीं हुआ पहली सौ आ गया फूड हमेशा ही होता फल खीर राइस चल पे ਚੰਨੇ ਹੋਰਾਂ ਛੱਡ ਕੇ ਠੀਕ ਹੈ ਚੰਨੇ ਹੋਰੀ ਵੀ ਖਾ ਪੀ ਰਹੇ ਨੇ ਅੰਦਰ ਉਹਨਾਂ ਦੀ ਬੋਰਡਿੰਗ ਹੈ ਜਿਹੜੀ ਕਲੀਅਰ ਹੋ ਗਈ ਸੀਗੀ ਤੇ ਹੁਣ ਉਹ ਆਪਣੇ ਰਾਹ ਤੇ ਆਪਾਂ ਆਪਣੇ ਰਾਹ ਆਪਾਂ ਵੀ ਕੰਮ ਕਰ ਦੇਖੀ ਘਰ ਦੇ ਹੁਣ ਤੇ ਉਹ ਵੀ ਆਪਦੇ ਘਰ ਬਾਹਰ ਦੇ ਕ